ਹਾਂਜੀ ਮਿੱਤਰੋ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਲੈ ਕੇ ਹਾਜ਼ਰ ਹਾਂ ਜਮਾਤ 10ਵੀਂ ਵਾਲਿਆਂ ਦੇ ਲਈ, ਜੋ ਕਿ 2 ਸਤੰਬਰ ਦੇ ਵਿੱਚ ਪੇਪਰ ਹੋਣ ਵਾਲਾ ਤੁਹਾਡਾ। 30 ਸਤੰਬਰ ਨੂੰ ਪੇਪਰ ਹੋਵੇਗਾ, ਯਾਨੀ ਕੱਲ੍ਹ ਦੇ ਐਗਜ਼ਾਮ ਦੇ ਵਿੱਚ ਪੇਪਰ ਹੋਣ ਵਾਲਾ ਹੈ। ਵੀਡੀਓ ਦੇ ਅੰਤ ਤੱਕ ਬਣੇ ਰਹਿਣਾ, ਕਿਉਂਕਿ ਦੋਸਤੋ ਤੁਹਾਨੂੰ ਕੁਐਸਚਨ ਦੇ ਨਾਲ ਨਾਲ ਆਂਸਰ ਵੀ ਪ੍ਰੋਵਾਈਡ ਕੀਤੇ ਹੋਏ ਹਨ, ਅਤੇ ਆਂਸਰ ਪ੍ਰੋਵਾਈਡ ਕੀਤੇ ਹੋਏ ਹਨ ਤਾਂ ਤੁਸੀਂ ਆਪਣੇ ਜਿਹੜੇ ਕਿ ਆਂਸਰ ਚੰਗੀ ਤਰ੍ਹਾਂ ਨੋਟ ਕਰ ਲੈਣਾ। ਠੀਕ ਹੈ ਦੋਸਤੋ, ਵੀਡੀਓ ਦੇ ਅੰਤ ਤੱਕ ਬਣੇ ਰਹਿਣਾ। ਚੈਨਲ 'ਤੇ ਨਵਾਂ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਹੈ ਜੀ, ਪੇਪਰ ਹੋਰ ਵੇਖਣ ਦੇ ਲਈ। ਅਤੇ ਦੋਸਤੋ ਜਿਵੇਂ ਕਿ ਤੁਸੀਂ ਵੇਖ ਸਕਦੇ, ਸਭ ਤੋਂ ਪਹਿਲਾਂ ਤੁਹਾਡਾ ਆਜੂਗਾ ਭਾਗ ਊੜਾ ਆਜੂ। ਸਭ ਤੋਂ ਪਹਿਲਾਂ ਦੋਸਤੋ ਬਹੁ ਵਿਕਲਪੀ ਪ੍ਰਸ਼ਨ 12 ਅੰਕ ਹੋਣਗੇ, ਜਿਸ ਦੇ ਵਿੱਚ ਹੇਠ ਲਿਖਿਆਂ ਵਿੱਚ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ? ਮਹਾਜਨ ਇਸਦਾ ਉੱਤਰ ਅੱਜ। ਦੋਸਤੋ ਭਾਰਤੀ ਸੰਵਿਧਾਨ ਵਿੱਚ ਕਿੰਨੇ ਅਨੁਛੇਦ ਹੁੰਦੇ ਨੇ? 395। ਠੀਕ ਹੈ, 395 ਇਸਦਾ ਉੱਤਰ ਆ ਜਾਵੇਗਾ। ਸ਼ਿਸ਼ੂ ਮੌਤ ਦਰ ਵਿੱਚ ਕਿੰਨੇ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਸ਼ਾਮਿਲ ਹੈ? 1 ਸਾਲ। ਠੀਕ ਹੈ ਦੋਸਤੋ, 1 ਸਾਲ ਇਸਦਾ ਆਂਸਰ ਹੋ ਜਾਵੇਗਾ। ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸਨੇ ਦਿੱਤੀ? ਐਡਮ ਸਮਿਥ ਇਸਦਾ ਆਂਸਰ ਹੋ ਜਾਵੇਗਾ। ਦੋਸਤੋ ਏਜੀ ਪੀਗੂ ਅੱਗੇ ਅੱਜ ਦੋਸਤੋ ਤੁਹਾਡਾ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ? ਹੜ੍ਹ ਇਸਦਾ ਆਂਸਰ ਹੋ ਜਾਵੇ ਦੋਸਤੋ। ਅਤੇ ਅੱਗੇ ਆ ਜਾਓ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਮਨੁੱਖੀ ਪੁੰਜ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ? ਇਹ ਸਾਰੇ ਆ ਜਾਣਗੇ ਦੋਸਤੋ ਮਨੁੱਖੀ ਪੁੰਜਨ ਦੀ ਮਨੁੱਖੀ ਪੂੰਜੀ ਦੀ ਉਦਾਹਰਣ ਹਨ ਅਧਿਆਪਕ, ਡਾਕਟਰ ਅਤੇ ਇੰਜੀਨੀਅਰ। ਸਾਰੇ ਉੱਤਰ ਆ ਜਾਵੇਗਾ। ਪੰਜਾਬ ਸ਼ਬਦ ਕਿਹੜੀ ਭਾਸ਼ਾ ਦੇ ਸ਼ਬਦ ਦਾ ਜੋੜਾਂ ਦਾ ਸੁਮੇਲ ਹੈ? ਉੱਤਰ ਦੋਸਤੋ ਆ ਜਾਓ ਫਾਰਸੀ। ਲੋਧੀ ਵੰਸ਼ ਦੀ ਨੀਂਹ ਕਿਸ ਨੇ ਰੱਖੀ? ਦੋਸਤੋ ਬਹਿਲੋਲ ਖਾਨ ਲੋਧੀ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਸੀ? ਦੌਲਤ ਖਾਨ ਲੋਧੀ। ਠੀਕ ਹੈ ਦੋਸਤੋ, ਦੌਲਤ ਖਾਨ ਲੋਧੀ ਇਸਦਾ ਆਂਸਰ ਹੋ ਜਾਵੇਗਾ। ਗੋਬਿੰਦਵਾਲ ਸਾਹਿਬ ਵਿੱਚ ਬੋਲੀ ਦੀਆਂ ਕਿੰਨੀਆਂ ਪੌੜੀਆਂ ਹਨ? 84 ਪੌੜੀਆਂ ਹਨ ਦੋਸਤੋ। ਠੀਕ ਹੈ, ਸਵੱਛ ਭਾਰਤ ਮਿਸ਼ਨ ਗ੍ਰਾਮੀਣ ਕਦੋਂ ਆਰੰਭਿਆ ਗਿਆ ਸੀ? ਦੋਸਤੋ 2014 ਵਿੱਚ। ਠੀਕ ਹੈ, ਲੋਕ ਸਭਾ ਵਿੱਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ? ਉੱਤਰ ਪ੍ਰਦੇਸ਼ ਇਸਦਾ ਉੱਤਰ ਹੋ ਜਾਵੇਗਾ। ਭਾਗ ਆੜਾ ਅੱਜ ਦੋਸਤੋ ਅੱਗੇ ਵਸਤੁਨਿਸ਼ਠ ਪ੍ਰਸ਼ਨ 12 ਅੰਕਾਂ ਦਾ ਇਹ ਹੋਊਗਾ। ਉਹਨਾਂ 3 ਰਾਜਾਂ ਦੇ ਨਾਂ ਲਿਖੋ ਜਿਨ੍ਹਾਂ ਰਾਜਾਂ ਵਿੱਚ ਕਾਲੀ ਮਿੱਟੀ ਮਿਲਦੀ ਹੈ? ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ। ਠੀਕ ਹੈ, ਅਤੇ ਅੱਗੇ ਅੱਜ ਦੋਸਤੋ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਡੈਸ ਜੀਵ ਖੇਤਰ ਦਾ ਰੱਖਾਂ ਸਥਾਪਨ ਕੀਤੀਆਂ ਹਨ? 18 ਇਸਦਾ ਆਂਸਰ ਹੋ ਜਾਓ ਦੋਸਤੋ। ਠੀਕ ਹੈ, ਭਾਰਤ ਦੇ 41% ਕਾਮੇ ਖੇਤੀਬਾੜੀ ਖੇਤਰ ਵਿੱਚ ਕੰਮ ਕਰਦੇ ਹਨ, ਸਹੀ ਜਾਂ ਗਲਤ? ਸਹੀ ਇਸਦਾ ਉੱਤਰ ਹੋ ਜਾਵੇਗਾ। ਉਪਭੋਗਤਾ ਕੀ ਭਾਵ ਹੈ? ਉਹ ਵਸਤੂ ਜਾਂ ਸੇਵਾ ਹੋ ਕੇ ਸਾਡੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ, ਉਹਨਾਂ ਨੂੰ ਉਪਭੋਗ ਕਹਿੰਦੇ ਹਨ। ਰਾਸ਼ਟਰੀ ਆਮਦਨ ਤੋਂ ਕੀ ਭਾਵ ਹੈ? ਰਾਸ਼ਟਰੀ ਆਮਦਨ ਇੱਕ ਸਧਾਰਨ ਦੇਸ਼ ਦੇ ਸਧਾਰਨ ਵਿਅਕਤੀ ਦੀ 1 ਸਾਲ ਵਿੱਚ ਮਜ਼ਦੂਰੀ, ਲਾਗਤ, ਵਿਆਜ, ਲਾਭ ਦੇ ਰੂਪ ਵਿੱਚ ਸਧਾਰਨ ਆਮਦਨ ਹੈ। ਅਤੇ ਦੋਸਤੋ ਅੱਗੇ ਆਈ, ਉਹ ਮੁਦਰਾ ਵਟਾਂਦਰੇ ਦੇ ਸਾਧਨ ਵਜੋਂ ਕੰਮ ਨਹੀਂ ਕਰਦੀ ਹੈ, ਸਹੀ ਜਾਂ ਗਲਤ? ਗਲਤ ਇਸਦਾ ਉੱਤਰ ਹੋ ਜਾਵੇਗਾ। ਅਤੇ ਦੋਸਤੋ ਸਦਾ ਕੌਰ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦੀ ਸੱਸ। ਠੀਕ ਹੈ ਦੋਸਤੋ, ਸਦਾ ਕੌਰ ਸੀ। 5 ਪਿਆਰੇ ਦੇ ਨਾਂ ਲਿਖੋ ਦੋਸਤੋ। ਪਿਆਰਾ ਦਇਆ ਸਿੰਘ ਜੀ, ਅਤੇ ਪਿਆਰਾ ਧਰਮ ਸਿੰਘ ਜੀ, ਪਿਆਰਾ ਮੋਕਮ ਸਿੰਘ ਜੀ, ਪਿਆਰਾ ਹਿੰਮਤ ਸਿੰਘ ਜੀ, ਪਿਆਰਾ ਭਾਈ ਸਾਹਿਬ, ਪਿਆਰਾ ਸਾਹਿਬ ਸਿੰਘ ਜੀ। ਠੀਕ ਹੈ ਦੋਸਤੋ, ਇਹ ਆਂਸਰ ਹੋ ਜਾਵੇਗਾ ਇਹਨਾਂ ਦੇ। ਭਾਈ ਲੈਣਾ ਕਿਸ ਗੁਰੂ ਸਾਹਿਬ ਜੀ ਦਾ ਪਹਿਲਾ ਨਾਮ ਸੀ? ਸ੍ਰੀ ਗੁਰੂ ਅੰਗਦ ਦੇਵ ਜੀ। ਠੀਕ ਹੈ ਦੋਸਤੋ, ਇਹ ਉੱਤਰ ਹੋ ਜਾਵੇਗਾ ਇਸਦਾ। ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ? ਸੰਵਿਧਾਨ ਵਿੱਚ ਮੌਲਿਕ ਕਾਨੂੰਨੀ ਦਸਤਾਵੇਜ਼ ਹੈ ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਆਪਣਾ ਕੰਮ ਕਰਦੀ ਹੈ। ਭਾਰਤੀ ਨਾਗਰਿਕਾਂ ਦਾ ਕੋਈ ਇੱਕ ਮੌਲਿਕ ਫਰਜ਼ ਦੱਸੋ। ਉੱਤਰ ਦੋਸਤੋ ਤੁਹਾਡਾ ਹੋ ਜਾਵੇਗਾ ਰਾਸ਼ਟਰੀ ਗੀਤ ਦਾ ਸਨਮਾਨ। ਅੱਗੇ ਆ ਜਾਓ, ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ। ਠੀਕ ਹੈ ਦੋਸਤੋ, 5 ਸਾਲ ਇਸਦਾ ਉੱਤਰ ਹੋ ਜਾਵੇਗਾ। ਅੱਗੇ ਅੱਜ ਦੋਸਤੋ ਤੁਹਾਡਾ ਭਾਗ ਈ ਡੀ, ਛੋਟੇ ਉੱਤਰਾਂ ਵਾਲੇ ਪ੍ਰਸ਼ਨ।
ਪਹਿਲਾ ਕੁਸ਼ਚਨ ਆ ਜੀ ਦੋਸਤੋ, ਜਿਸ ਦੇ ਵਿੱਚ ਭਾਰਤ ਦਾ ਕਿਹੜਾ ਰਾਜ ਮਸਾਲਿਆਂ ਦਾ ਬਾਗ ਹੈ ਅਤੇ ਕਿਉਂ? ਉੱਤਰ ਦੋਸਤੋ ਤੁਹਾਡਾ ਹੋ ਜਾਏਗਾ, ਭਾਰਤ ਵਿੱਚ ਕੇਰਲਾ ਨੂੰ ਮਸਾਲਿਆਂ ਦਾ ਬਾਗ ਦੇ ਨਾਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਭਾਰਤ ਦਾ ਕੇਰਲ ਰਾਜ ਨੀਵੇਂ ਅਕਸ਼ਾਂਸ਼ਾਂ ਵਿੱਚ ਸਥਿਤ ਹੋਣ ਕਰਕੇ ਗਰਮ ਅਤੇ ਤਾਰਾ ਜਲਵਾਯੂ ਵਾਲਾ ਰਾਜ ਹੈ। ਇਸ ਦੇ ਤੱਟੀ ਮੈਦਾਨਾਂ ਵਿੱਚ ਨਦੀਆਂ ਦੁਆਰਾ ਲਿਆ ਕੇ ਉਪਜਾਊ ਜਲੋਢੀ ਮਿੱਟੀ, ਮਾਲਾਬਾਰ ਦੇ ਇਲਾਕੇ ਅਤੇ ਪੱਛਮੀ ਘਾਟ ਦੀਆਂ ਮਿੱਟੀਆਂ ਮਸਾਲਿਆਂ ਦੀ ਖੇਤੀ ਲਈ ਸਭ ਤੋਂ ਬਿਹਤਰੀਨ ਹਨ। ਕੇਰਲ ਵਿੱਚ ਕਾਲੀ ਮਿੱਟੀ, ਹਲਦੀ, ਛੋਟੀ ਇਲਾਇਚੀ, ਲੌਂਗ, ਵਨੀਲਾ, ਕੈਂਬੋਜ, ਸੁਪਾਰੀ, ਦਾਲਚੀਨੀ ਅਤੇ ਕੈਮੀਆਂ ਆਦਿ ਦੀ ਪੈਦਾਵਾਰ ਕੀਤੀ ਜਾਂਦੀ ਹੈ। ਅਤੇ ਸੁੰਦਰਬਨ 'ਤੇ ਨੋਟ ਲਿਖੋ, ਸੁੰਦਰਬਨ ਦਾ ਗੰਗਾ ਬ੍ਰਹਮਪੁੱਤਰ ਡੈਲਟਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ। ਇਸ ਨੂੰ ਸੁੰਦਰਬਨ ਡੈਲਟਾ, ਗੰਗਾ ਡੈਲਟਾ, ਬ੍ਰਹਮਪੁੱਤਰ ਡੈਲਟਾ ਜਾਂ ਬੰਗਾਲ ਡੈਲਟਾ ਵਜੋਂ ਵੀ ਜਾਣਿਆ ਜਾਂਦਾ ਹੈ। ਸੁੰਦਰਬਨ ਡੈਲਟਾ ਵਿਸ਼ਵ ਵਿਆਪੀ ਮਹੱਤਵ ਰੱਖਦਾ ਹੈ। ਰਾਇਲ ਹੈ ਦੁਨੀਆ ਦਾ ਇਹ ਬੰਗਾਲ ਟਾਈਗਰ ਇੱਥੇ ਪਾਏ ਜਾਣ ਵਾਲਾ ਪ੍ਰਮੁੱਖ ਜਾਨਵਰ ਹੈ। ਇਸਦਾ ਖੇਤਰਫਲ 9630 ਵਰਗ ਕਿਲੋਮੀਟਰ ਹੈ। 2.1 ਮੈਂਗ੍ਰੋਵ ਨਿਵਾਸ ਸਥਾਨ ਹੈ। ਮੁਦਰਾ ਤੋਂ ਕੀ ਭਾਵ ਹੈ? ਮੁਦਰਾ ਉਹ ਹੈ ਜੋ ਲੈਣ ਦੇਣ ਦੇ ਮਾਧਿਅਮ, ਮਾਪ ਦੀ ਇਕਾਈ ਤੇ ਅਤੇ ਮੁੱਲ ਦੇ ਭੰਡਾਰ ਦੀ ਸਾਂਝੀ ਇਕਾਈ ਵਜੋਂ ਕੰਮ ਕਰਦੀ ਹੈ। ਮੁਦਰਾ ਸ਼ਬਦ ਮੋਨੇਟਾ ਸ਼ਬਦ ਤੋਂ ਲਿਆ ਗਿਆ ਹੈ, ਜੋ ਕਿ ਰੋਮ ਦੀ ਦੇਵੀ ਨੂੰ ਯੂਨੋ ਦਾ ਦੂਜਾ ਨਾਂ ਹੈ। ਪਹਿਲਾਂ ਵਸਤੂ ਨੂੰ ਮੁਦਰਾ ਦੇ ਰੂਪ ਵਿੱਚ ਲੈਣ ਦੇਣ ਲਈ ਵਰਤਿਆ ਜਾਂਦਾ ਸੀ, ਜਿਵੇਂ ਕਿ ਅਨਾਜ ਅਤੇ ਪਸ਼ੂ ਆਦਿ। ਉਸ ਤੋਂ ਬਾਅਦ ਸੋਨਾ, ਚਾਂਦੀ, ਤਾਂਬਾ ਅਤੇ ਪਿੱਤਲ ਆਦਿ ਨੂੰ ਵੀ ਮੁਦਰਾ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਸੀ। ਉਸ ਤੋਂ ਬਾਅਦ ਕਾਗਜ਼ੀ ਮੁਦਰਾ ਦੀ ਕਾਂਡ ਹੋਈ। ਕਰੰਸੀ ਮੁਦਰਾ ਦਾ ਆਧੁਨਿਕ ਰੂਪ ਹੈ, ਜਿਸ ਵਿੱਚ ਕਾਗਜ਼ੀ ਨੋਟ, ਡੈਬਿਟ ਅਤੇ ਕ੍ਰੈਡਿਟ, ਪਲਾਸਟਿਕ ਮੁਦਰਾ ਸ਼ਾਮਿਲ ਹੁੰਦੇ ਹਨ। ਮੁਦਰਾ ਦਾ ਦੂਜਾ ਰੂਪ ਬੈਂਕਾਂ ਕੋਲ ਜਮ੍ਹਾਂ ਹੁੰਦਾ ਹੈ। ਅੱਜ ਇਲੈਕਟ੍ਰੋਨਿਕ ਮੁਦਰਾ ਦੇ ਰੂਪ ਵਿੱਚ ਵੀ ਡਿਜੀਟਲ ਲੈਣ ਦੇਣ ਕੀਤਾ ਜਾਂਦਾ ਹੈ। ਅਤੇ ਦੋਸਤੋ, ਵਿਕਾਸ ਦਰ ਤੋਂ ਤੁਹਾਡਾ ਕੀ ਭਾਵ ਹੈ? ਇਸਦਾ ਮਾਪ ਕਿਵੇਂ ਕੀਤਾ ਜਾ ਸਕਦਾ ਹੈ? ਇਹ ਕੁਸ਼ਚਨ ਹੋ ਜਾਵੇ ਅਤੇ ਅੱਗੇ ਆ ਜਾਓ, ਤੁਹਾਡਾ ਇਹ ਕੁਸ਼ਚਨ ਦਾ ਆਂਸਰ ਦੋਸਤੋ ਤੁਸੀਂ ਆਪਣੀ ਨੋਟਬੁੱਕ ਵਿੱਚ ਵੇਖ ਲੈਣਾ। ਅੱਗੇ ਅੱਜ ਦੋਸਤੋ ਤੁਹਾਡਾ ਪੰਜਵਾਂ ਕੁਸ਼ਚਨ, ਹਿਮਾਲਿਆ ਦੀਆਂ ਪਹਾੜੀਆਂ ਦੇ ਨਾਮ ਲਿਖੋ। ਉੱਤਰ ਦੋਸਤੋ ਤੁਹਾਡਾ ਹੋ ਜੂਗਾ, ਹਿਮਾਲਿਆ ਪਰਬਤ ਕਰਕੇ ਪੰਜਾਬ ਦੇ ਦਰਿਆਵਾਂ ਵਿੱਚ ਸਾਰਾ ਸਾਲ ਪਾਣੀ ਵਗਦਾ ਰਹਿੰਦਾ ਹੈ, ਜਿਸ ਕਾਰਨ ਪੰਜਾਬ ਦੀ ਧਰਤੀ ਉਪਜਾਊ ਹੈ। ਹਿਮਾਲਿਆ ਪਰਬਤ ਵਿੱਚ ਮਿਲਦੇ ਸੰਘਣੇ ਜੰਗਲਾਂ ਤੋਂ ਲੋੜੀਂਦੀ ਜੜੀਆਂ ਬੂਟੀਆਂ ਅਤੇ ਲੱਕੜੀ ਪ੍ਰਾਪਤ ਹੁੰਦੀ ਹੈ। ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਵਰਖਾ ਕਰਦੀਆਂ ਹਨ। ਜੇਕਰ ਪੰਜਾਬ ਦੇ ਉੱਤਰ ਵਿੱਚ ਇਹ ਪਰਬਤ ਨਾ ਹੁੰਦਾ ਤਾਂ ਪੰਜਾਬ ਖੁਸ਼ਕ ਅਤੇ ਠੰਡਾ ਇਲਾਕਾ ਬਣ ਜਾਂਦਾ ਸੀ ਅਤੇ ਇੱਥੇ ਨਾ ਦੇ ਬਰਾਬਰ ਖੇਤੀ ਹੋਣੀ ਸੀ। ਅਤੇ ਦੋਸਤੋ, ਛੇਵਾਂ ਕੁਸ਼ਚਨ ਆ ਜੂ ਅੱਗੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨੇਊ ਰਸਮ ਦਾ ਵਰਣਨ ਕਰੋ। ਠੀਕ ਹੈ ਦੋਸਤੋ, ਜਨੇਊ ਰਸਮ ਦਾ ਵਰਣਨ ਕਰਨਾ ਹੈ। ਤੁਹਾਡਾ ਆਂਸਰ ਕਿਸ ਤਰ੍ਹਾਂ ਹੋਊਗਾ ਦੋਸਤੋ? ਅਜੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਿੱਖਿਆ 'ਚ ਜਨਮ ਸ੍ਰੀ ਗੁਰੂ ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਹਨਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਨੂੰ ਜਨੇਊ ਪਵਾਉਣਾ ਚਾਹਿਆ। ਉਸ ਵਿਸ਼ੇਸ਼ ਰਸਮ ਨੂੰ ਸਾਖ ਸੰਬੰਧੀਆਂ ਨੂੰ ਵੀ ਬੁਲਾਇਆ ਗਿਆ। ਮੁੱਢਲੇ ਮੰਤਵ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਜਨੇਊ ਪਾਉਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇੱਕ ਸਥਾਈ ਜਨੇਊ ਚਾਹੀਦਾ ਹੈ। ਮੈਨੂੰ ਅਜਿਹਾ ਜਨੇਊ ਚਾਹੀਦਾ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗੇ ਨਾਲ ਬਣਿਆ ਹੋਵੇ। ਗੋਇੰਦਵਾਲ ਸਾਹਿਬ ਵਿਚਲੀ ਬੋਲੀ ਦਾ ਵਰਣਨ ਕਰੋ। ਇਹ ਦੋਸਤੋ ਕੁਸ਼ਚਨ ਦਾ ਆਂਸਰ ਤੁਸੀਂ ਆਪਣੀ ਨੋਟਬੁੱਕ ਇਹ ਦੇਖ ਲੈਣਾ, ਪੜ੍ਹ ਲੈਣਾ ਵੀਡੀਓ ਨੂੰ ਪੋਜ਼ ਕਰਕੇ। ਅਤੇ ਅੱਗੇ ਆ ਜਾਓ, ਅੱਠਵਾਂ ਕੁਸ਼ਚਨ, ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਵਰਣਨ ਕਰੋ। ਇਹ ਵੀ ਦੋਸਤੋ ਇਸੇ ਤਰ੍ਹਾਂ ਕਰ ਲੈਣਾ, ਠੀਕ ਹੈ। ਅੱਗੇ ਆ ਜਾਓ, ਤੁਹਾਡਾ ਭਾਗ ਸੱਸਾ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਬੀ ਹੋਣਗੇ, ਕੁੱਲ 20 ਅੰਕਾਂ ਦਾ ਹੋਊਗਾ ਭਾਗ ਸੱਸਾ ਸਾਰਾ।
ਭਾਰਤ ਵਿੱਚ ਭੂਮੀ ਦੀ ਵਰਤੋਂ ਬਾਰੇ ਦੱਸੋ। ਇਹ ਵੀ ਦੱਸੋ ਕਿ ਭਾਰਤ ਵਿੱਚ 1960 ਤੋਂ 61 ਤੋਂ ਬਾਅਦ ਜੰਗਲਾਂ ਹੇਠ ਰਕਬੇ ਵਿੱਚ ਕੋਈ ਜ਼ਿਆਦਾ ਵਾਧੂ ਕਿਉਂ ਨਹੀਂ ਹੋਇਆ। ਉੱਤਰ ਦੋਸਤੋ ਅੱਗੇ ਆ ਜਾਓ ਤੁਹਾਡਾ, ਜਿਵੇਂ ਕਿ ਦਿੱਤਾ ਗਿਆ ਭੂਮੀ ਦੀ ਵਰਤੋਂ ਤੋਂ ਭਾਵ ਹੈ ਕਿ ਕੋਈ ਭੂਮੀ ਕੀ ਇਸ ਕਿਸ ਕਾਰਜ 'ਤੇ ਕਿਵੇਂ ਵਰਤੀ ਜਾ ਸਕਦੀ ਹੈ। ਇਹ ਦੋਸਤੋ ਤੁਸੀਂ ਇਹ ਵੀਡੀਓ ਨੂੰ ਪੋਸਟ ਕਰਕੇ ਪੜ੍ਹ ਲੈਣਾ, ਠੀਕ ਹੈ। ਵੀਡੀਓ ਜ਼ਿਆਦਾ ਲੰਬੀ ਹੋ ਰਹੀ ਹੈ ਤਾਂ ਕਰਕੇ ਤੁਸੀਂ ਅਸੀਂ ਜਲਦੀ ਜਲਦੀ ਇਸ ਕੁਐਸਚਨ ਦੇ ਆਂਸਰ ਨੂੰ ਕਰਵਾ ਰਹੇ ਹਾਂ। ਅਤੇ ਦੋਸਤੋ ਜਾ ਆ ਜਾਓ ਅੱਗੇ, ਖੇਤੀਬਾੜੀ ਦੀਆਂ ਕਿਸਮਾਂ ਉੱਤੇ ਵਿਸਤ੍ਰਿਤ ਨੋਟ ਲਿਖੋ। ਇਹ ਆ ਜਾਣ ਆ ਜਾਓ ਦੋਸਤੋ, ਠੀਕ ਹੈ। ਖੇਤੀਬਾੜੀ ਦੀ ਕਿਸਮਾਂ ਦੇ ਨੋਟ, ਸਥਾਨਾਂਤਰ ਖੇਤੀ, ਨਿਰਵਾਹ ਖੇਤੀ, ਸੰਘਣੀ ਖੇਤੀ, ਵਿਆਪਕ ਖੇਤੀ, ਵਪਾਰਕ ਖੇਤੀ, ਰੋਪੜ ਖੇਤੀ ਅਤੇ ਲੰਬਕਾਰੀ ਜਾਂ ਖੜੀ ਖੇਤੀ, ਠੀਕ ਹੈ ਦੋਸਤੋ। ਇਹ ਹੋ ਜਾਓ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਕੁਐਸਚਨ ਦੇ ਆਂਸਰ ਨੂੰ ਪੜ੍ਹ ਲੈਣਾ। ਵਿਆਸ਼ਟੀ ਅਤੇ ਸਮਸ਼ਟੀ ਅਰਥਸ਼ਾਸਤਰ ਵਿੱਚ ਅੰਤਰ ਸਪੱਸ਼ਟ ਕਰੋ, ਠੀਕ ਹੈ ਦੋਸਤੋ। ਮਾਈਕਰੋ ਅਤੇ ਮੈਕਰੋ ਇਕਨੋਮਿਕਸ ਵਿੱਚ ਅੰਤਰ ਸਪੱਸ਼ਟ ਕਰਨਾ ਹੈ। ਜਾਂ ਫਿਰ ਦੋਸਤੋ ਤੁਸੀਂ ਕਰ ਸਕਦੇ ਹੋ ਸਰਵਜਨਕ ਵਿੱਤ ਤੋਂ ਕੀ ਭਾਵ ਹੈ। ਸਰਵਜਨਕ ਵਿੱਤ ਵਿੱਚ ਸ਼ਾਮਲ ਵੱਖ ਵੱਖ ਮੱਦਾਂ ਦਾ ਵਰਣਨ ਕਰੋ, ਠੀਕ ਹੈ ਦੋਸਤੋ। ਇਹ ਕਰ ਸਕਦੇ ਹੋ, ਉੱਤਰ ਨਾਲ ਹੀ ਦਿੱਤਾ ਗਿਆ ਹੈ, ਤੁਸੀਂ ਪੜ੍ਹ ਲੈਣਾ। ਅਤੇ ਅੱਗੇ ਆ ਜਾਓ, ਤੀਜਾ ਕੁਐਸਚਨ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੋਈ 6 ਸਿੱਖਿਆਵਾਂ ਦਾ ਵਰਣਨ ਕਰੋ। ਇਹ ਆ ਜਾਓ ਦੋਸਤੋ ਤੁਹਾਡਾ, ਤੁਸੀਂ ਇਹ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਰ ਸਕਦੇ ਹੋ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕਾਰਜ ਕੀਤੇ। ਇਹ ਦੋਸਤੋ ਤੁਸੀਂ ਇਹ ਕੁਐਸਚਨ ਦਾ ਆਂਸਰ ਤੁਹਾਨੂੰ ਨਾਲ ਹੀ ਦਿੱਤਾ ਗਿਆ, ਠੀਕ ਹੈ। ਇਹ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਪੜ੍ਹ ਲੈਣਾ, ਜਾਂ ਫਿਰ ਤੁਸੀਂ ਸਕਰੀਨਸ਼ੋਟ ਲੈ ਕੇ ਇਸ ਕੁਐਸਚਨ ਦੇ ਆਂਸਰ ਨੂੰ ਪੜ੍ਹ ਸਕਦੇ ਹੋ, ਯਾਦ ਕਰ ਸਕਦੇ ਹੋ। ਅਤੇ ਉਹ ਇਹ ਹੋ ਜਾਣਗੇ ਦੋਸਤੋ ਤੁਹਾਡੇ, ਠੀਕ ਹੈ। ਮੌਲਿਕ ਅਧਿਕਾਰਾਂ ਅਤੇ ਰਾਜਨੀਤਿਕ ਦੇ ਨਿਰਦੇਸ਼ ਸਿਧਾਂਤਾਂ ਵਿੱਚ ਮੂਲ ਭੇਦ ਦੱਸੋ। ਉੱਤਰ ਦੋਸਤੋ ਤੁਹਾਡਾ ਨਾਲ ਹੀ ਦਿੱਤਾ ਗਿਆ, ਮੌਲਿਕ ਅਧਿਕਾਰਾਂ ਅਤੇ ਰਾਜਨੀਤਿਕ ਨਿਰਦੇਸ਼ਕ ਸਿਧਾਂਤਾਂ ਵਿੱਚ ਹੇਠ ਲਿਖੇ ਮੂਲ ਫਰਕ ਹਨ। ਮੌਲਿਕ ਅਧਿਕਾਰ ਨਿਆਂਯੋਗ ਹਨ ਅਤੇ ਮੌਲਿਕ ਅਧਿਕਾਰ ਨਕਾਰਾਤਮਕ ਹਨ। ਕੁਝ ਨਿਰਦੇਸ਼ ਸਿਧਾਂਤ ਮੌਲਿਕ ਅਧਿਕਾਰਾਂ ਦੇ ਨਾਲ ਸਰੋਸ਼ਟ ਹਨ ਅਤੇ ਮੌਲਿਕ ਅਧਿਕਾਰਾਂ ਦਾ ਉਦੇਸ਼ ਭਾਰਤ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ। ਇਹ ਦੋਸਤੋ ਤੁਸੀਂ ਵੀਡੀਓ ਨੂੰ ਪੋਸਟ ਕਰਕੇ ਪੂਰਾ ਕੁਐਸਚਨ ਪੜ੍ਹ ਲੈਣਾ, ਠੀਕ ਹੈ। ਜਾਂ ਫਿਰ ਦੋਸਤੋ ਆਪਸ਼ਨ ਦਿੱਤੀ ਗਈ ਤੁਹਾਨੂੰ, ਸੰਸਦ ਵਿੱਚ ਇੱਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ। ਇਹ ਵਾਲਾ ਕੁਐਸਚਨ ਤੁਸੀਂ ਆਪਣੀ ਨੋਟਬੁੱਕ ਵਿੱਚ ਵੇਖ ਕੇ ਕਰ ਸਕਦੇ ਹੋ, ਜੇਕਰ ਕਰਨਾ ਹੋਵੇ, ਨਹੀਂ ਤਾਂ ਉੱਪਰ ਵਾਲਾ ਤੁਹਾਨੂੰ ਕਰਾ ਦਿੱਤਾ ਹੈ। ਅਤੇ ਦੋਸਤੋ ਅੱਗੇ ਆ ਜੀ ਤੁਹਾਡਾ ਭਾਗ ਹਾਹਾ, ਸਰੋਤ ਆਧਾਰਿਤ ਪ੍ਰਸ਼ਨ ਹੋਣਗੇ, ਜਿਸ ਦੇ ਵਿੱਚ ਦੋਸਤੋ ਤੁਹਾਨੂੰ ਪਹਿਰਾ ਦਿੱਤਾ ਹੋਊਗਾ ਅਤੇ ਕੁਐਸਚਨ ਪੁੱਛੇ ਜਾ ਗਏ ਹੋਣਗੇ। ਪਹਿਲਾ ਕੁਐਸਚਨ ਹੋਊਗਾ ਤੁਹਾਨੂੰ, ਭਾਰਤ ਦਾ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ। ਇਹ ਦੋਸਤੋ ਪਹਿਰੇ ਦੇ ਵਿੱਚ ਤੁਹਾਨੂੰ ਦੱਸਿਆ ਹੋਊਗਾ, ਤੁਸੀਂ ਟਿੱਕ ਲਗਾ ਕੇ ਲਿਖ ਲੈਣਾ ਹੈ। ਇੱਕ ਵਾਰ ਆਪਾਂ ਕਰਾ ਦਿੰਦੇ ਦੋਸਤੋ ਤੁਹਾਨੂੰ, ਭਾਰਤ ਦਾ ਸੰਵਿਧਾਨ 9 ਦਸੰਬਰ 1946 ਈਸਵੀ ਨੂੰ ਬਣਨਾ ਆਰੰਭ ਹੋਇਆ। ਭਾਰਤ ਦਾ ਸੰਵਿਧਾਨ ਕਦੋਂ ਪਾਸ ਕਰ ਦਿੱਤਾ ਗਿਆ, 26 ਨਵੰਬਰ 1949 ਈਸਵੀ ਨੂੰ ਸੰਵਿਧਾਨ ਦੁਆਰਾ ਅੰਤਿਮ ਵਿੱਚ ਪਾਸ ਕਰ ਦਿੱਤਾ ਗਿਆ। ਭਾਰਤ ਦਾ ਸੰਵਿਧਾਨ ਦੇਸ਼ ਵਿੱਚ ਕਦੋਂ ਲਾਗੂ ਕਰ ਦਿੱਤਾ ਗਿਆ, 26 ਜਨਵਰੀ 1950 ਤੋਂ ਇਹ ਸੰਵਿਧਾਨ ਸਾਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਕੀ ਘੋਸ਼ਿਤ ਕੀਤਾ ਗਿਆ। ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭੂਸ਼ਾਲੀ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ। ਅਤੇ ਦੋਸਤੋ ਅੱਗੇ ਆ ਜਾਓ ਭਾਗ ਕੱਕਾ, ਨਕਸ਼ਾ ਆਧਾਰਿਤ ਪ੍ਰਸ਼ਨ। ਅਤੇ ਜੇਕਰ ਦੋਸਤੋ ਇਹ ਨਕਸ਼ੇ ਤੁਹਾਨੂੰ ਚਾਹੀਦੇ ਹਨ ਤਾਂ ਤੁਸੀਂ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰਕੇ ਮੈਸੇਜ ਕਰ ਦੇਣ, ਤੁਹਾਨੂੰ ਨਕਸ਼ੇ ਪ੍ਰੋਵਾਈਡ ਕਰਾ ਦਾਂਗੇ। ਨਕਸ਼ੇ ਉਹਨੂੰ ਵੀ ਮਿਲਣਗੇ ਦੋਸਤੋ ਜਿਹੜਾ ਫੋਲੋ, ਜਿਹਨੇ ਫੋਲੋ ਕੀਤਾ ਹੋਵੇਗਾ, ਠੀਕ ਹੈ। ਅਤੇ ਕਿਹੜੇ ਕਿਹੜੇ ਨਕਸ਼ੇ ਚਾਹੀਦੇ ਹਨ ਆਪਾਂ ਨੂੰ, ਭਾਰਤ ਦੇ ਨਕਸ਼ੇ ਵਿੱਚ ਕੋਈ 4 ਸਥਾਨ ਭਰਨੇ ਹਨ। ਜਲੋਡੀ ਮਿੱਟੀ ਖੇਤਰ ਸਭ ਤੋਂ ਵੱਧ ਜੰਗਲਾਂ ਵਾਲਾ ਰਾਜ, ਐਲੋਰਾ ਗੁਫਾਵਾਂ, ਠੀਕ ਹੈ। ਸੁੰਦਰਬਨ ਨੈਸ਼ਨਲ ਪਾਰਕ, ਹਰੀਕੇ, ਰਾਮਸਰ ਸੰਮੇਲਨ ਕੇਂਦਰ ਅਤੇ ਕਾਲੀ ਮਿੱਟੀ ਖੇਤਰ। ਅਤੇ ਅੱਗੇ ਆ ਜਾਓ ਦੋਸਤੋ, 1947
ਤੋਂ ਪਹਿਲਾਂ ਪੰਜਾਬ ਦੇ ਨਕਸ਼ੇ ਵਿੱਚ ਕੋਈ ਚਾਰ ਸਥਾਨ ਭਰਨੇ ਹਨ। ਸਰਹੰਦ, ਗੁਰਦਾਸ ਨਗਰ, ਸਮਾਣਾ, ਅਨੰਦਪੁਰ ਸਾਹਿਬ, ਨਦੌਲ, ਬਸੋਲੀ। ਠੀਕ ਹੈ, ਇਹ ਕਰ ਸਕਦੇ ਹੋ ਦੋਸਤੋ। ਠੀਕ ਹੈ, ਦਿੱਤਾ ਗਿਆ ਤੁਹਾਨੂੰ ਕੁਐਸਚਨ। ਅਤੇ ਦੋਸਤੋ, ਇਸ ਤਰ੍ਹਾਂ ਤੁਹਾਡਾ ਪੂਰਾ ਪੇਪਰ ਹੱਲ ਹੋ ਚੁੱਕਾ ਹੈ। ਜੇਕਰ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਪੇਪਰ ਚਾਹੀਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਅਤੇ ਆਪਣਾ ਪੇਪਰ ਲੈ ਸਕਦੇ ਹੋ। ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।